ਇਸ ਰਸਟੈਪਸ ਚਲਦੇ ਅੰਦਰ ਇੱਕ ਬੜਾ ਮਜ਼ੇਦਾਰ ਆਪਸ਼ਨ ਹੈ ਫਲੈਸ਼ ਫਿਲ ਉਹ ਯੂਜ਼ ਹੁੰਦਾ ਜਦੋਂ ਸਾਡੇ ਕੋਲ ਕਿਸੇ ਕਿਸਮ ਦਾ ਗਰੁੱਪ ਡਾਟਾ ਹੋਵੇ ਜਿਵੇਂ ਇਹ ਰੈਗੂਲਰ ਰੇਅਰ ਲਿਖਿਆ ਹੋਇਆ ਹੈ ਜਾਂ ਇਹ ਨਾਂ ਲਿਖਿਆ ਹੋਇਆ ਹੈ ਜਾਂ ਇਹ ਹੋਮ ਆਫਿਸ ਲਿਖਿਆ ਹੋਇਆ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਅਲੱਗ-ਅਲੱਗ ਦੋ ਅਲੱਗ-ਅਲੱਗ ਲਫ਼ਜ਼ ਹਨ ਇਹਨਾਂ ਦੇ ਵਿੱਚ ਸਪੇਸ ਹੈ ਇਹਨਾਂ ਨੂੰ ਨਾ ਅਸੀਂ ਅਲੱਗ-ਅਲੱਗ ਅਲੱਗ-ਅਲੱਗ ਕਾਲਮਸ ਦੇ ਵਿੱਚ ਲਿਖ ਲਵੀਏ ਤਾਂ ਇੱਕ ਤਰੀਕਾ ਹੈ ਇਸ ਦੇ ਵਿੱਚ ਆਪਸ਼ਨ ਫਲੈਸ਼ ਫਿਲ ਉਮੈਂ ਇਸਤੇਮਾਲ ਕਰਦਾ ਹੁਣ ਜਿਵੇਂ ਕਾਊਂਟ ਮੈਨੇਜਰ ਦੇ ਨਾਮ ਲਿਖੇ ਹਨ ਫਰਸ ਨੇਮ ਹੈ ਜਾਂ ਲਾਸਟ ਨੇਮ ਹੈ ਤੇ ਇਹਨਾਂ ਦੇ ਵਿੱਚ ਸਪੇਸ ਹੈ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਫਰਸ ਨੇਮ ਹੋਰ ਕਾਲਮ ਵਿੱਚ ਆਵੇ ਤੇ ਲਾਸਟ ਨੇਮ ਹੋਰ ਕਾਲਮ ਵਿੱਚ ਆਵੇ ਮੈਂ ਕਰਦਾ ਹੁਣ ਇਹਦੇ ਐਚ ਕਾਲਮ ਦੇ ਅੱਗੇ ਨਾ ਦੋ ਕਾਲਮ ਐਡ ਕਰਨੇ ਮੈਂ ਕੀ ਕਰਦਾ ਇਸ ਤੋਂ ਅਗਲੇ ਦੋ ਕਾਲਮ ਸਿਲੈਕਟ ਕਰਦਾ ਤੇ ਮੈਂ ਆਨਾ ਰਾਈਟ ਕਲਿਕ ਇਨਸਰਟ ਦੋ ਕਾਲਮ ਖਾਲੀ ਐਡ ਹੋ ਗਏ ਹੁਣ ਮੈਂ ਨਾ ਇੱਥੋਂ ਇਹ ਜਿਹੜਾ ਮੇਰਾ ਨਾਮ ਲਿਖਿਆ ਹੋਇਆ ਐ ਇਸ ਨੂੰ ਨਾ ਇੱਥੋਂ ਕਾਪੀ ਕਰਦਾ ਪਹਿਲਾਂ ਇਹਦਾ ਨਾਮ ਕਾਪੀ ਪੇਸਟ ਠੀਕ ਹੋ ਗਿਆ ਹੁਣ ਮੈਂ ਇਸ ਦਾ ਸਿਰਫ ਫਰਸਟ ਨੇਮ ਕਾਪੀ ਕਰ ਲਿਆ ਤੇ ਇਸ ਦਾ ਲਾਸਟ ਨੇਮ ਵੀ ਹੁਣ ਕਾਪੀ ਕਰ ਲੈਂਦਾ ਫਰਸਟ ਨੇਮ ਦਾ ਲਾਸਟ ਨੇਮ ਐਸ ਨੂੰ ਅਲੱਗ-ਅਲੱਗ ਕਰ ਲਿਆ ਹੈ ਕਾਲਮ ਵਿੱਚ ਹੁਣ ਮੈਂ ਕਹਤਾ ਬਈ ਥੱਲੇ ਜਿਹੜਾ ਮੈਂ ਮੋੜ ਮੋੜ ਕਾਪੀ ਕਰਨਾ ਹੈ ਨਾ ਇਹ ਕੋਈ ਤਰੀਕਾ ਹੋਵੇ ਜਿੱਥੇ ਥਰੂ ਕਰ ਸਕੀਏ ਤੋ ਫਲੈਸ਼ ਫਿਲ ਲੈ ਹੁਣ ਮੈਂ ਇਥੇ ਕਾਲਮ ਸਿਲੈਕਟ ਕਰਕੇ ਸੈੱਲ ਸਿਲੈਕਟ ਕਰਕੇ ਉਸ ਤੋਂ ਬਾਅਦ ਮੈਂ ਕਲਿੱਕ ਕਰਨਾ ਫਲੈਸ਼ ਫਿਲ ਉਸਕੀ ਕੀਤਾ ਸਾਰੀਆਂ ਐਂਟਰੀਆਂ ਦੇ ਵਿੱਚ ਜਿਹੜਾ ਜਿਹੜਾ ਫਰਸਟ ਨੇਮ ਆ ਉਸ ਐਂਡ ਤੱਕ ਸਾਰਾ ਫਿਲ ਕਰ ਲਿਆ ਆਟੋਮੈਟਿਕ ਅਚਾ ਹੁਣ ਲਾਸਟ ਨੇਮ ਤੇ ਹੁੰਦੇ ਆ ਫਲੈਸ਼ ਫਿਲ ਉਹ ਸਾਰਿਆਂ ਦੇ ਵਿੱਚ ਜਿਹੜਾ ਇਹਨਾਂ ਦੇ ਲਾਸਟ ਨੇਮ ਆ ਨਾ ਉਹ ਐਸੇ ਇਥੇ ਕਾਪੀ ਕਰ ਲਿਆ ਤੇ ਇੱਕ ਆਸਾਨ ਜਿਹਾ ਤਰੀਕਾ ਹੈ ਮਾਈਕਰੋਸਾਫਟ ਐਕਸਲ ਦੇ ਅੰਦਰ ਕੋਈ ਵੀ ਗਰੁੱਪ ਡਾਟਾ ਹੋਵੇ ਉਸ ਨੂੰ ਅਸੀਂ ਅਲੱਗ-ਅਲੱਗ ਕਰਨਾ ਹੋਵੇ ਤਾਂ ਫਲੈਸ਼ ਵਿਲ ਥਰੂ ਹੋ ਸਕਦਾ ਹੈ